ਦੁਕਾਨ ਤੇ ਕੰਮ ਕਰਦੀਆਂ ਹਨ। ਇਹਨਾਂ ਦਾ ਸੁਪਨਾ ਹੈ ਕਿ ਅਸੀਂ ਪੜ੍ਹਾਈ ਕਰਕੇ ਟੀਚਰ ਦੀ ਜੌਬ ਕਰੀਏ, ਪਰ ਚਾਹ ਵੇਚ ਕੇ ਤਾਂ ਇਹ ਸੁਪਨਾ ਪੂਰਾ ਨਹੀਂ ਹੋ ਸਕਦਾ। ਅਗਰ ਸਾਡੀ ਕੋਈ ਮਦਦ ਕਰ ਦੇਵੇ ਪੜ੍ਹਾਈ ਦੇ ਵਿੱਚ ਤਾਂ ਇਹ ਸੁਪਨਾ ਪੂਰਾ ਹੋ ਸਕਦਾ। ਸੋ ਇੰਡੀਆ ਨਿਊਜ਼ ਪੰਜਾਬ ਦੇਖ ਰਹੇ ਦਰਸ਼ਕਾਂ ਅਤੇ ਸਮਾਜ ਸੇਵੀ ਸੰਸਥਾ ਨੂੰ ਵੀ ਅਪੀਲ ਹੈ ਕਿ ਇਹਨਾਂ ਬੱਚਿਆਂ ਦੀ ਮਦਦ ਜ਼ਰੂਰ ਕੀਤੀ ਜਾਵੇ। ਤੁਸੀਂ ਦੇਖ ਰਹੇ ਹੋ ਇੰਡੀਆ ਨਿਊਜ਼ ਪੰਜਾਬ, ਮੈਂ ਹਾਂ ਵਿਜੇ ਕੁਮਾਰ। ਜਿਸ ਤਰ੍ਹਾਂ ਕਿ ਬੇਟੀ ਪੜ੍ਹਾਓ ਬੇਟੀ ਬਚਾਓ ਮੁਹਿੰਮ ਆ ਜਿਹੜੀ ਆ, ਉਹ ਦੇਸ਼ ਵਿਦੇਸ਼ ਹਰ ਇੱਕ ਨੂੰ ਜਾਗਰੂਕ ਇੰਡੀਆ ਤੋਂ ਕੀਤਾ ਗਿਆ ਔਰ ਜਿੱਦਾਂ ਵੇਖਣ ਨੂੰ ਸਿੱਟਾ ਵੀ ਮਿਲਦਾ ਹੈ। ਸੋ ਅਸੀਂ ਜਿਹੜੇ ਕਿ ਅੱਜ ਤੁਹਾਨੂੰ ਤਸਵੀਰਾਂ ਦਿਖਾ ਰਹੇ ਹਾਂ ਔਰ ਇਹ ਤੁਸੀਂ ਵੇਖ ਸਕਦੇ ਜੋ ਕਿ ਛੋਟੀਆਂ ਬੱਚੀਆਂ ਨੇ ਜਿਹੜੀਆਂ ਕਿ ਆਪਣੇ ਮਾਂ ਬਾਪ ਦੇ ਨਾਲ ਜਿਹੜਾ ਵਾ ਚਾਹ ਦਾ ਕੰਮ ਕਰਦੀਆਂ ਨੇ, ਉਸ ਦੇ ਨਾਲ ਸਕੂਲੇ ਜਾਂਦੀਆਂ ਨੇ, ਪੜ੍ਹਦੀਆਂ ਨੇ ਔਰ ਉਸਦੇ ਨਾਲ ਆਪਣੀ ਜਿਹੜੀ ਮਿਹਨਤ ਵਾ ਮਾਤਾ ਪਿਤਾ ਦੇ ਨਾਲ ਕਰਾਉਂਦੀਆਂ ਨੇ। ਅਸੀਂ ਇਹਨਾਂ ਨਾਲ ਗੱਲਬਾਤ ਕਰਦੇ ਹਾਂ। ਬੇਟਾ ਕੀ ਨਾਂ ਤੇਰਾ? ਮੇਰਾ ਨਾਮ ਦਿਵਿਆ ਕੌਰ। ਦਿਵਿਆ ਕਿਹੜਾ ਸਕੂਲ, ਕਿੰਨਵੀਂ ਕਲਾਸ? ਮੈਂ ਸ੍ਰੀ ਗੁਰੂ ਅਰਜਨ ਦੇਵ ਸੀਨੀਅਰ ਸੈਕੰਡਰੀ ਕੰਨਿਆ ਸਕੂਲ ਤੇ ਮੇਰੀ ਕਲਾਸ 10th ਹੈ। ਤੇ ਬੇਟਾ ਮੈਂ ਵੇਖਣਾ ਕਿ ਤੁਸੀਂ ਚਾਹ ਜਿਹੜਾ ਵਾ ਬਣਾ ਰਹੇ ਹੋ ਔਰ ਚਾਹ ਦੇਣ ਵੀ ਜਾਂਦੇ ਹੋ। ਹਾਂਜੀ, ਉਹ ਸਾਡੇ ਪਾਪਾ ਦੀ ਦੁਕਾਨ ਆ, ਅਸੀਂ ਉੱਥੇ ਪਾਪਾ ਦੇ ਨਾਲ ਪਹਿਲਾਂ ਸਵੇਰੇ ਉੱਠ ਕੇ ਆਪਣਾ ਕੰਮ ਕੁੰਮ ਕਰਦੇ ਘਰ ਦਾ, ਫਿਰ ਅਸੀਂ ਸਕੂਲ ਜਾਂਦੇ ਹਾਂ ਤੇ ਸਕੂਲ ਤੇ ਫਿਰ ਕੰਮ ਕੁੰਮ ਕਰਕੇ ਪੜ੍ਹ ਕੇ ਫਿਰ ਅਸੀਂ ਘਰੇ ਆ ਕੇ ਆਪਣਾ ਕੰਮ ਕਰਦੇ, ਹੋਮਵਰਕ ਜੋ ਸਕੂਲ ਵੱਲੋਂ ਮੈਮ ਨੇ ਦਿੱਤਾ ਹੁੰਦਾ ਵਾ, ਤੇ ਫਿਰ ਉਸ ਤੋਂ ਬਾਅਦ ਅਸੀਂ ਦੁਕਾਨ ਤੇ ਆ ਕੇ ਆਪਣੇ ਮੰਮਾ ਪਾਪਾ ਦੀ ਹੈਲਪ ਕਰਾਉਂਦੇ ਹਾਂ। ਮੰਮੀ ਪਾਪਾ ਦੀ ਹੈਲਪ ਕਰਾਉਂਦੇ ਜੋ, ਸਕੂਲੇ ਵੀ ਜਾਂਦੇ ਜੋ, ਘਰ ਦਾ ਕੰਮ ਵੀ ਕਰਦੇ ਜੋ। ਤੁਹਾਡੀ ਜਿਹੜੀ ਦੁਕਾਨ ਔਰ ਮਕਾਨ ਕਿਰਾਏ ਤੇ ਨੇ? ਹਾਂਜੀ, ਸਾਡੀ ਦੁਕਾਨ ਔਰ ਮਕਾਨ ਦੋਨੇ ਕਿਰਾਏ ਤੇ ਨੇ। ਅੱਛਾ, ਹਾਂਜੀ। ਪਰ ਇਹ ਤੁਸੀਂ ਕੰਮ ਕਿਉਂ ਕਰ ਰਹੇ? ਉਹ ਕਿਉਂਕਿ ਥੋੜਾ ਫਾਈਨੈਂਸ਼ਲੀ ਦੀ ਪ੍ਰੋਬਲਮ ਕਰਕੇ ਸਾਨੂੰ ਮੰਮਾ ਪਾਪਾ ਨਾਲ ਹੈਲਪ ਕਰਾਉਣੀ ਪੈਂਦੀ ਆ। ਉਹ ਕਹਿੰਦੇ ਨਹੀਂ ਵਹਿ, ਪਰ ਸਾਨੂੰ ਘਰ ਦੇ ਹਾਲਾਤ ਵੇਖ ਕੇ ਕਰਾਉਣਾ ਪੈਂਦਾ ਉਹਨਾਂ ਦੇ ਨਾਲ ਕੰਮ। ਤੇ ਬੇਟਾ ਤੁਸੀਂ ਜਦੋਂ ਆਪਣੇ ਮੰਮੇ ਪਾਪਾ ਨਾਲ ਕੰਮ ਕਰਦੇ ਤੁਹਾਨੂੰ ਖੁਸ਼ੀ ਹੁੰਦੀ ਆ? ਹਾਂਜੀ। ਬੇਟਾ ਕੀ ਨਾਂ ਤੇਰਾ? ਮੇਰਾ ਨਾਮ ਅਮਨ। ਕਿਹੜਾ ਸਕੂਲ, ਕਿੰਨੀ ਕਲਾਸ ਆ? ਮੈਂ ਸ੍ਰੀ ਗੁਰੂ ਅਰਜਨ ਦੇਵ ਸੀਨੀਅਰ ਸੈਕੰਡਰੀ ਕੰਨਿਆ ਸਕੂਲ, ਮੈਂ 11ਵੀਂ ਜਮਾਤ ਦੀ ਵਿਦਿਆਰਥਣ ਹਾਂ। ਤੇ ਬੇਟਾ ਤੁਸੀਂ ਜਿਹੜਾ ਚਾਹ ਦਾ ਕੰਮ ਵੇਖਣੇ, ਮੈਂ ਭਾਂਡੇ ਵੀ ਧੋਂਦੇ ਪਏ ਔਰ ਚਾਹ ਦੇਣ ਜਾਂਦੇ ਜੋ? ਹਾਂਜੀ, ਸਾਡੇ ਪਾਪਾ ਦੀ ਦੁਕਾਨ ਆ ਤੇ ਇੱਥੇ ਅਸੀਂ ਹੈਲਪ ਕਰਾਉਂਦੇ ਹਾਂ ਉਹਨਾਂ ਦੀ। ਪਾਪਾ ਦੀ? ਹਾਂਜੀ, ਹੈਲਪ। ਤੇ ਨਹੀਂ ਬੇਟਾ ਤੁਸੀਂ ਪੜ੍ਹਦੇ ਫਿਰ ਕਿਹੜੇ ਟਾਈਮ ਜੋ, ਕਿਹੜੇ ਟਾਈਮ ਤੇ ਤੁਸੀਂ ਫਿਰ ਸਕੂਲੇ ਵੀ ਜਾਣਾ ਹੁੰਦਾ ਵਾ? ਜਦੋਂ ਅਸੀਂ ਸਵੇਰੇ ਜਲਦੀ ਉੱਠ ਕੇ ਤੇ ਪਹਿਲਾਂ ਘਰ ਦਾ ਕੰਮ ਕਰੀਦਾ ਵਾ, ਫਿਰ ਉਸ ਤੋਂ ਬਾਅਦ ਅਸੀਂ ਤਿਆਰ ਹੋ ਕੇ ਸਕੂਲ ਚੱਲ ਜਾਂਦੇ, ਫਿਰ ਉੱਥੋਂ ਆ ਕੇ ਤੇ ਫਿਰ ਜਿੰਨਾ ਟਾਈਮ ਮਿਲਦਾ ਫਿਰ ਅਸੀਂ ਸਕੂਲ ਦਾ ਹੋਮਵਰਕ ਕਰਕੇ ਤੇ ਫਿਰ ਪਾਪਾ ਦੀ ਹੈਲਪ ਕਰਦੇ ਇੱਥੇ। ਤੇ ਬੇਟਾ ਵੀ ਇੱਥੇ ਪਾਪਾ ਰੱਖ ਨਹੀਂ ਸਕਦੇ ਕਿ ਬੰਦਾ ਰੱਖ ਲਈਏ? ਨਹੀਂ, ਫਾਈਨੈਂਸ਼ਲੀ ਪ੍ਰੋਬਲਮ ਇੰਨੀ ਆ ਕਿ ਬਸ ਸਾਡੇ ਜੋਗਾ ਹੀ ਹੁੰਦਾ ਵਾ ਤੇ ਹੋਰ ਦੂਸਰੇ ਨੂੰ ਨਹੀਂ। ਜਿਹੜਾ ਤੁਹਾਡਾ ਦੁਕਾਨ ਵਾ ਮਕਾਨ ਵਾ ਉਹ ਆਪਣਾ ਵਾ ਕਿ ਜਾਂ ਕਿਸ ਤਰ੍ਹਾਂ? ਨਹੀਂ, ਉਹ ਦੋਵੇਂ ਕਿਰਾਏ ਤੇ ਆ। ਦੋਵੇਂ ਕਿਰਾਏ? ਹਾਂਜੀ। ਤੇ ਤੁਸੀਂ ਅੱਗੇ ਪੜ੍ਹਨਾ ਚਾਹੁੰਦੇ ਜੋ ਕਿ ਜਾਂ ਕਿਸ ਤਰ੍ਹਾਂ ਦੇ ਪਾਪਾ ਕਹਿੰਦੇ ਆ? ਨਹੀਂ, ਅਸੀਂ ਖੁਦ ਅੱਗੇ ਪੜ੍ਹਨਾ ਚਾਹੁੰਦੇ ਆ ਤੇ ਪਰ ਫਾਈਨੈਂਸ਼ਲੀ ਪ੍ਰੋਬਲਮ ਕਰਕੇ ਪਾਪਾ ਕਹਿੰਦੇ ਕਿ ਅੱਗੇ ਮੇਰੇ ਤੋਂ ਨਹੀਂ ਪੜ੍ਹਾਇਆ ਜਾਣਾ ਤੁਹਾਨੂੰ। ਤੁਸੀਂ ਚਾਹੁੰਦੇ ਪੜ੍ਹਨਾ? ਹਾਂਜੀ। ਬੇਟਾ ਤੁਸੀਂ ਅੱਗੇ ਪੜ੍ਹਨਾ ਚਾਹੁੰਦੇ ਜੋ? ਹਾਂਜੀ, ਅਸੀਂ ਅੱਗੇ ਪੜ੍ਹਨਾ ਚਾਹੁੰਦੇ ਹਾਂ। ਕੋਈ ਸੁਪਨੇ ਹੋਣਗੇ ਤੁਹਾਡੇ ਕਿ ਅਸੀਂ ਸੁਪਨੇ ਚਾਹ ਬਣਨਾ, ਕੁਛ ਕੀ ਕੋਈ ਹੁੰਦਾ ਵਾ ਕਿ ਸੁਪਨਾ ਸੋਚਿਆ ਹੁੰਦਾ ਕਿ ਮੈਂ ਕੋਈ IAS ਅਫਸਰ ਬਣੂਗੀ, ਮੈਂ DC ਬਣੂ, ਮੈਂ ਇਸ ਤਰ੍ਹਾਂ ਵੱਡੀ ਕੋਈ ਜੌਬ ਤੇ ਜਾਊਂਗੀ, ਕੋਈ ਸੁਪਨਾ ਸੋਚਿਆ? ਹਾਂਜੀ, ਟੀਚਰ ਦਾ ਸੋਚਿਆ ਸੀ, ਟੀਚਰ ਬਣਨਾ। ਅੱਛਾ, ਹਾਂਜੀ। ਪਰ ਕੀ ਲੱਗ ਰਿਹਾ ਜਿਸ ਤਰ੍ਹਾਂ ਕਹਿ ਰਹੇ ਕਿ ਪਾਪਾ ਅੱਗੇ ਨਹੀਂ ਪੜਾਉਣਗੇ ਫਿਰ? ਪਰ ਉਸ ਹਿਸਾਬ ਨਾਲ ਲੱਗ ਨਹੀਂ ਰਿਹਾ ਕਿ ਅਸੀਂ ਬਣ ਪਾਵਾਂਗੇ। ਤੇ ਕਿਸ ਤਰ੍ਹਾਂ ਹੋਣਾ ਚਾਹੀਦਾ, ਕੀ ਹੋਣਾ ਚਾਹੀਦਾ ਕਿ ਜਿਹੜਾ ਤੁਸੀਂ ਅੱਗੇ ਪੜ੍ਹ ਸਕੋ? ਸਾਨੂੰ ਬਸ ਫਾਈਨੈਂਸ਼ਲੀ ਪ੍ਰੋਬਲਮ ਆ ਤੇ ਉਹ ਜੇ ਹਟ ਜਾਏ ਤੇ ਫਿਰ ਅਸੀਂ ਬਣ ਸਕਦੇ, ਅੱਗੇ ਪੜ੍ਹ ਸਕਦੇ। ਬਿਲਕੁਲ ਜੀ, ਇਹ ਜਿਹੜੇ ਬੱਚੀਆਂ ਨੇ ਦੋਨਾਂ ਅੱਗੇ ਪੜ੍ਹਨਾ ਵੀ ਚਾਹੁੰਦੀਆਂ ਨੇ ਔਰ ਬੜੇ ਸੁਪਨੇ ਨੇ ਕਿ ਖੁਦ ਉਹ ਕਹਿੰਦੇ ਕਿ ਅਸੀਂ ਟੀਚਰ ਬਣਨਾ ਚਾਹੁੰਦੀਆਂ ਵਾਂ।
ਅਸੀਂ ਟੀਚਰ ਅਸੀਂ ਖੁਦ ਪੜ੍ਹ ਰਹੇ ਹਾਂ ਤਾਂ ਦੂਸਰਿਆਂ ਨੂੰ ਵੀ ਜਿਹੜਾ ਵਾ ਪੜ੍ਹਾਵਾਂਗੇ, ਟੀਚਰ ਬਣਨਾ ਚਾਹੁੰਦੇ ਨੇ। ਔਰ ਇਹ ਦੋਨੇ ਬੱਚੀਆਂ ਜਿਹੜੀਆਂ ਨੇ ਇਹ ਦੇਖ ਲਓ ਤੁਸੀਂ ਤਸਵੀਰਾਂ ਜਿਹੜੀਆਂ ਕਿ ਇਹ ਚਾਹ ਦਾ ਕੰਮ ਜਿਹੜੀਆਂ ਉਹ ਕਰਦੀਆਂ ਨੇ ਔਰ ਇੱਥੇ ਚਾਹ ਬਣਾਉਂਦੀ ਆ। ਤਾਂ ਆਹ ਜਿਹੜੀ ਦੂਸਰੀ ਬੱਚੀ ਜਿਹੜੀ ਆ ਇਹ ਚਾਹ ਲੋਕ ਜਿਵੇਂ ਦੁਕਾਨਦਾਰਾਂ ਨੂੰ ਦੇਣ ਜਾਂਦੇ ਨੇ ਔਰ ਚਾਹ ਕਹਿੰਦੇ ਨੇ, ਇਹ ਚਾਹ ਵੀ ਬਹੁਤ ਹੀ ਸਵਾਦ ਇਹਨਾਂ ਦੀ ਚਾਹ ਦੀ, ਇਹ ਜਿੰਨੀ ਵੀ ਮਾਰਕੀਟ ਲਾਗੇ ਸਾਰੇ ਹੀ ਚਾਹ ਇਹਨਾਂ ਕੋਲ ਪੀਂਦੇ ਨੇ। ਔਰ ਇੱਕ ਫਾਈਨੈਂਸ਼ਲੀ ਜਿਹੜੀ ਆ ਪ੍ਰੋਬਲਮ ਚੱਲ ਰਹੀ ਆ, ਫਾਈਨੈਂਸ਼ਲੀ ਪ੍ਰੋਬਲਮ ਕਹਿੰਦੇ ਦੂਰ ਹੋ ਗਏ ਤੇ ਸਾਡੇ ਜਿਹੜੇ ਸੁਪਨੇ ਆ ਉਹ ਸਾਕਾਰ ਹੋ ਜਾਣਗੇ। ਸੋ ਜਿੰਨੇ ਵੀ ਅਗਰ ਸੰਸਥਾ ਸੇਵੀ ਸੰਸਥਾ ਹਨ ਜਿਹੜੇ ਵੀ ਹੈਗੇ ਨੇ, ਅਗਰ ਇਹਨਾਂ ਦੀ ਹੈਲਪ ਕਰਨੀ ਚਾਹੁੰਦੇ ਤਾਂ ਜ਼ਰੂਰ ਕਰਿਓ, ਕਿਉਂਕਿ ਬੱਚੀਆਂ ਅੱਗੇ ਪੜ੍ਹਨਾ ਚਾਹੁੰਦੀਆਂ ਨੇ, ਕੁਛ ਬਣਨਾ ਚਾਹੁੰਦੀਆਂ ਨੇ ਔਰ ਇਹ ਆਪਣੇ ਮਾਤਾ ਪਿਤਾ ਦੀ ਪੂਰੀ ਹੈਲਪ ਵੀ ਕਰਾਉਂਦੀਆਂ ਨੇ। ਤਾਂ ਲੋਕਾਂ ਦਾ ਜਿਹੜੇ ਕਿ ਇੰਤਜ਼ਾਰ ਸਿਰਫ ਇਸੇ ਚੀਜ਼ ਦਾ ਹੋਏਗਾ ਕਿ ਇਹਨਾਂ ਨੂੰ ਅੱਗੇ ਜਿਹੜਾ ਵਾ ਉਹ ਪੜਿਆ ਜਾਵੇ ਤਾਂ ਕਿ ਇਹ ਬੱਚੀਆਂ ਕੁਛ ਬਣ ਸਕਣ। ਕੈਮਰਾਮੈਨ ਪਰਸਨ ਵਿਜੇ ਕੁਮਾਰ, ਇੰਡੀਆ ਨਿਊਜ਼, ਤਰਨ।